BCCI ਦੀ ਜੂਨੀਅਰ ਕ੍ਰਿਕਟ ਕਮੇਟੀ ਨੇ ਏਸ਼ੀਆ ਕੱਪ 2023 ਲਈ ਪੁਰਸ਼ਾਨੀਆਂ ਟੀਮਾਂ ਦਾ ਐਲਾਨ ਕੀਤਾ ਹੈ 2022 ਵਿੱਚ ਅੰਡਰ 19 ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਯਸ਼ਤਲ ਇਸ ਦੀ ਅਗਵਾਈ ਕਰਨਗੇ ਜਦਕਿ ਅਭਿਸ਼ੇਕ ਸ਼ਰਮਾਨ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਸਾਈ ਸੁਦਰਸ਼ਨ ਤੇ ਪ੍ਰਦੋਸ਼ ਰੰਜਨ ਪਾਲ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਰਣਜੀ ਟਰਾਫੀ ਦੇ ਪਿਛਲੇ ਸੀਜ਼ਨ ਦੌਰਾਨ ਆਪਣਾ ਜੋਹਰ ਦਿਖਾਉਣ ਵਾਲੇ ਗੇਂਦਬਾਜ਼ ਮਾਨਵ ਸੁਥਰ ਤੇ ਯਵਰਾਜ ਸਿੰਘ ਡੋਡਿਆ ਵੀ ਇਸ 15 ਮੈਂਬਰੀ ਟੀਮ ਦਾ ਹਿੱਸਾ ਹੋਣਗੇ ਪਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 13 ਜੁਲਾਈ ਨੂੰ ਯੂਏਈ ਵਿਰੁੱਧ ਕਰੇਗਾ ਇਸ ਤੋਂ ਬਾਅਦ ਪਾਕਿਸਤਾਨ ਤੇ ਨੇਪਾਲ ਦੀਆਂ ਟੀਮਾਂ ਨਾਲ 15 ਤੇ 18 ਜੁਲਾਈ ਨੂੰ ਸਾਹਮਣਾ ਕਰੇਗਾ ਇਹ ਮੈਚ ਕੋਲੰਬੋ ਵਿੱਚ 13 ਤੋਂ 23 ਜੁਲਾਈ ਤੱਕ ਖੇਡੇ ਜਾਣਗੇ ਹਰੇਕ ਗਰੁੱਪ ਦੀਆਂ ਪਹਿਲੀਆਂ ਦੋ ਟੀਮਾਂ 21 ਜੁਲਾਈ ਨੂੰ ਖੇਡੇ ਜਾਣ ਵਾਲੇ ਸੈਮੀਫਾਈਨਲ ਵਿੱਚ ਪਰਵੇਸ਼ ਕਰਨਗੀਆਂ